ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਅੱਜ ਇੱਕ ਅਹਿਮ ਮੀਟਿੰਗ ਬੁਲਾਈ ਜਿਸ ਦੇ ਵਿੱਚ ਅਕਾਲੀ ਦਲ ਦੇ ਕਈ ਸੀਨੀਅਰ ਆਗੂਆਂ ਨੂੰ ਬੁਲਾਇਆ ਗਿਆ ਔਰ ਨਾਲ ਹੀ ਉਹਨਾਂ ਆਗੂਆਂ ਨੂੰ ਵੀ ਬੁਲਾਇਆ ਗਿਆ ਜਿਹੜੇ ਆਗੂਆਂ ਨੂੰ ਅਕਾਲੀ ਦਲ ਨੇ ਪਾਰਟੀ ਚੋਂ ਕੱਢਣ ਦਾ ਜਿਹੜਾ ਹੈਗਾ ਐਲਾਨ ਕੀਤਾ ਸੀ ਅਨੁਸ਼ਾਸਨ ਕਮੇਟੀ ਨੇ ਕਾਰਵਾਈ ਕਰਦਿਆਂ। ਸੁਖਦੇਵ ਸਿੰਘ ਢੀਂਡਸਾ ਹੋਣੀ ਸਾਡੇ ਨਾਲ, ਢੀਂਡਸਾ ਸਾਹਿਬ ਉੱਧਰ ਮੀਟਿੰਗ ਹੋਈ, ਤੁਹਾਡੇ ਕੁਝ ਆਗੂਆਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ, ਹੁਣ ਤੁਸੀਂ ਮੀਟਿੰਗ ਬੁਲਾਈ ਹੈ, ਮੈਨੂੰ ਲੱਗਦਾ ਕਿ ਜਦੋਂ ਤੋਂ ਇਹ ਪੂਰਾ ਘਟਨਾਕ੍ਰਮ ਚੱਲ ਰਿਹਾ ਤਾਂ ਐਜ਼ ਏ ਸਰਪ੍ਰਸਤ ਤੁਸੀਂ ਸ਼ਾਇਦ ਪਹਿਲੀ ਵਾਰੀ ਸਾਹਮਣੇ ਆਏ ਹੋ। ਇਸ ਕਰਕੇ ਮੈਨੂੰ ਇਹ ਸਟੈਪ ਲੈਣਾ ਪਿਆ ਕਿਉਂਕਿ ਜਦੋਂ ਕਲੇਰ ਨੇ ਸਾਰਾ ਕੁਛ ਸ਼ਾਸ਼ਨ ਦੀ ਗਵਾਹ ਨੇ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਰੱਖੀਆਂ ਤੇ ਉਸ ਤੋਂ ਬਾਅਦ ਇਹਨਾਂ ਨੇ ਘਬਰਾਹਟ ਚ ਆ ਕੇ ਗੱਲ ਕੀਤੀ ਹੈ ਔਰ ਸਾਰੀ ਅਨਕੰਸਟੀਟਿਊਸ਼ਨਲ ਕੀਤੀ। ਉਸ ਨੂੰ ਰੱਦ ਕਰਨ ਲਈ ਮੈਨੂੰ ਇਸ ਸਟੈਪ ਲੈਣਾ ਪਿਆ। ਮੈਂ ਤਾਂ ਹੁਣ ਤੱਕ ਤੁਹਾਨੂੰ ਪਤਾ ਮੈਂ ਤਾਂ ਤੁਹਾਨੂੰ ਇੰਟਰਵਿਊ ਕੋਈ ਨਹੀਂ ਦਿੱਤੀ, ਮੈਂ ਤਾਂ ਮਜਬੂਰ ਹੋ ਕੇ ਫਿਰ ਇਹ ਕਰਨਾ ਪਿਆ। ਤੇ ਤੁਸੀਂ ਜਿਹੜਾ ਅਨੁਸ਼ਾਸਨੀ ਕਮੇਟੀ ਨੇ ਫੈਸਲਾ ਕੀਤਾ, ਜਿਹੜੀ ਕਾਰਵਾਈ ਕੀਤੀ, ਆਗੂਆਂ ਨੂੰ ਪਾਰਟੀ ਚੋਂ ਕੱਢਿਆ ਗਿਆ, ਚਾਹੇ ਪਰਮਿੰਦਰ ਢੀਂਡਸਾ ਹੋਣ, ਚਾਹੇ ਚੰਦੂ ਮਾਜਰਾ ਹੋਣ, ਮਲੂਕਾ ਹੋਣ, ਵਡਾਲਾ ਸਾਹਿਬ ਹੋਣ, ਤਾਂ ਤੁਸੀਂ ਉਸ ਫੈਸਲੇ ਨੂੰ ਰੱਦ ਕੀਤਾ? ਉਹਨੂੰ ਰੱਦ ਕੀਤਾ ਸੀ ਕਿ ਉਹ ਬਿਲਕੁਲ ਹੀ ਗਲਤ ਫੈਸਲਾ, ਉਹ ਨਹੀਂ ਕੀਤਾ ਜਾ ਸਕਦਾ। ਅੱਛਾ, ਹੁਣ ਇਸ ਨੂੰ ਇੰਪਲੀਮੈਂਟ ਕਿਵੇਂ ਕੀਤਾ ਜਾਵੇਗਾ ਜੀ? ਉਧਰੋਂ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਕੱਢ ਦਿੱਤਾ ਗਿਆ, ਇਧਰੋਂ ਤੁਸੀਂ ਮੀਟਿੰਗ ਬੁਲਾ ਕੇ ਐਲਾਨ ਕਰ ਦਿੱਤਾ। ਅਨੁਸ਼ਾਸਨ ਕਮੇਟੀ ਨੂੰ ਕੀ ਹੱਕ ਹੈ ਕਿ ਉਹ ਕਿਸੇ ਨੂੰ ਕੱਢ ਸਕੇ? ਕਿਸੇ ਨੂੰ ਅੱਜ ਤੱਕ ਹੈ ਹੱਕ? ਕਦੇ ਨੀ ਹੱਕ ਮਿਲ ਸਕਦਾ ਇਸ ਤਰ੍ਹਾਂ, ਉਹ ਰਿਕਮੈਂਡ ਕਰ ਸਕਦੇ। ਅੱਛਾ, ਹੁਣ ਤੁਸੀਂ ਸੁਖਬੀਰ ਸਿੰਘ ਬਾਦਲ ਦੇ ਨਾਲ ਕੋਈ ਸੰਪਰਕ ਕੀਤਾ ਜਾਂ ਉਹਨਾਂ ਨਾਲ ਗੱਲਬਾਤ ਹੋਏਗੀ ਜਾਂ ਉਹਨਾਂ ਦੇ ਨਾਲ ਕਿਸ ਤਰ੍ਹਾਂ ਇਸ ਪੂਰੇ ਮਸਲੇ ਤੇ ਗੱਲ ਕਰੋ? ਗੱਲਬਾਤ ਨਹੀਂ, ਮੈਂ ਚਿੱਠੀ ਲਿਖੂੰਗਾ ਵੀ ਇਹ ਗਲਤ ਫੈਸਲਾ ਹੈ, ਇਹਨੂੰ ਵਾਪਸ ਲਓ। ਅਸੀਂ ਫੈਸਲਾ ਕੀਤਾ, ਉਹਨੂੰ ਰੱਦ ਕੀਤਾ ਤੇ ਉਹਦੇ ਹਿਸਾਬ ਨਾਲ ਤੁਸੀਂ ਗੱਲ ਕਰੋ। ਅੱਛਾ ਢੀਂਡਸਾ ਸਾਹਿਬ, ਅੱਗੇ ਹੁਣ ਹੋਏਗਾ ਕੀ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਨੇ? ਪਾਰਟੀ ਪ੍ਰਧਾਨ ਕਹਿੰਦਾ ਹੈ ਕਿ ਮੈਂ ਇਹਨਾਂ ਲੀਡਰਾਂ ਨੂੰ ਜਿਹੜਾ ਹੈਗਾ ਇਹਨਾਂ ਨੇ ਅਨੁਸ਼ਾਸਨੀ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਹੈ। ਪਾਰਟੀ ਦੇ ਸਰਪ੍ਰਸਤ ਦੇ ਨਾਲ ਹੁਣ ਦੂਜਾ ਧੜਾ, ਇੱਕ ਪਾਸੇ ਪ੍ਰਧਾਨ, ਦੂਜੇ ਪਾਸੇ ਸਰਪ੍ਰਸਤ, ਅੱਗੇ ਹੋਏਗਾ ਕੀ? ਦੇਖੋ, ਮੈਨੂੰ ਤਾਂ ਮਜਬੂਰ ਨੀ, ਤੁਹਾਨੂੰ ਕਿਹਾ ਵੀ ਮੈਂ ਤਾਂ ਬੋਲੇ ਹੀ ਨਹੀਂ ਸੀ ਕਿਤੇ, ਮੈਨੂੰ ਤਾਂ ਮਜਬੂਰ ਹੋ ਕੇ ਜਦੋਂ ਅਨਕੰਸਟੀਟਿਊਸ਼ਨ ਹੋਣ ਲੱਗਿਆ ਸਾਰਾ ਕੁਛ, ਫਿਰ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਇਹ ਗੱਲ ਕਰਾਂ। ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾਣਗੇ ਜੀ, ਜਿਸ ਤਰ੍ਹਾਂ ਦਾ ਪੂਰਾ ਘਟਨਾਕ੍ਰਮ ਬਣ ਗਿਆ, ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੋਈ ਵੱਡਾ ਫੈਸਲਾ ਹੋਰ ਵੀ ਲਿਆ ਜਾ ਸਕਦਾ? ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਸਾਫ਼ ਕਰਤਾ ਕਿ ਮੈਂ ਪ੍ਰਧਾਨਗੀ ਤੋਂ ਪਾਸੇ ਨਹੀਂ ਹਟਣਾ, ਉਹ ਤਾਂ ਅਸੀਂ ਨਵੀਂ ਚੁਣਾਂਗੇ ਪ੍ਰਧਾਨ, ਉਹਦੇ ਲਈ ਅਸੀਂ ਸੀਨੀਅਰ ਲੀਡਰਾਂ ਨਾਲ ਬੈਠ ਕੇ ਫੈਸਲਾ ਕਰਕੇ ਉਹਦੀ ਡੇਟ ਫਿਕਸ ਕਰਾਂਗੇ। ਅੱਛਾ, ਤੁਹਾਡੇ ਮੁਤਾਬਕ ਪਾਰਟੀ ਦਾ ਨਵਾਂ ਪ੍ਰਧਾਨ ਚੁਣਿਆ ਜਾਵੇਗਾ, ਉਹਦੀ ਪ੍ਰਕਿਰਿਆ ਕੀ ਰਹਿਣ ਵਾਲੀ ਆ, ਉਸ ਪ੍ਰਕਿਰਿਆ ਨੂੰ ਕਿਵੇਂ ਅੱਗੇ ਤੁਰੋਗੇ? ਉਹਨੂੰ ਸਸਪੈਂਡ ਕਰ ਦਿੱਤਾ, ਉਹ ਨਹੀਂ ਚੱਲੇਗਾ, ਹੁਣ ਨਵੀਂ ਕਮੇਟੀ ਬਣੇਗੀ ਜੋ ਮੈਂ ਬਣੇਗੀ। ਨਹੀਂ, ਪਾਰਟੀ ਪ੍ਰਧਾਨ ਨੂੰ ਵੀ ਤੁਸੀਂ ਸਸਪੈਂਡ ਜਾਂ ਪਾਰਟੀ ਬਾਕੀ ਉਹਦੇ ਦੌਰਾਨ ਕੀਤਾ? ਪ੍ਰਧਾਨ ਹੁਣ ਨਹੀਂ ਹੈ, ਅਸੀਂ ਨਵੀਂ ਕਮੇਟੀ ਬਣਾਵਾਂਗੇ। ਪਾਰਟੀ ਪ੍ਰਧਾਨ ਇਸ ਵੇਲੇ ਹੈ ਕਿ ਨਹੀਂ ਹੈ? ਨਹੀਂ, ਇਸ ਟਾਈਮ ਮੈਂ ਨਹੀਂ ਕਹਿ ਸਕਦਾ ਕਿਉਂਕਿ ਇਹ ਸਾਡੀ ਕਮੇਟੀ ਨੇ ਫੈਸਲਾ ਕਰਨਾ ਕਿ ਅਸੀਂ ਉਹਨੂੰ ਰੱਖਣਾ ਕਿ ਨਹੀਂ ਰੱਖਣਾ, ਕਿਉਂਕਿ ਅੱਜ ਬਹੁਤ ਥੋੜਾ ਟਾਈਮ ਸੀ ਤੁਹਾਨੂੰ ਮਿਲਣਾ ਸੀ, ਇਸ ਕਰਕੇ ਅਸੀਂ ਬਹੁਤਾ ਫੈਸਲਾ ਨਹੀਂ ਕਰਦੇ। ਤੁਸੀਂ ਸਸਪੈਂਡ ਦਾ ਜ਼ਿਕਰ ਕਰ ਰਹੇ ਸੀ, ਸਸਪੈਂਡ ਕਰਨ ਦੀ ਸਿਫਾਰਿਸ਼ ਹੋਏਗੀ, ਕੀ ਹੋਏਗਾ? ਉਹਨੇ ਉਹ ਤਾਂ ਕਰ ਹੀ ਨਹੀਂ ਸਕਦਾ ਜੀ, ਉਹ ਸਸਪੈਂਡ ਕਰ ਹੀ ਨਹੀਂ ਸਕਦੇ, ਉਹ ਅਨਕੰਸਟੀਟਿਊਸ਼ਨਲ ਸਰ। ਅੱਛਾ, ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਮਸਲਾ ਗਿਆ ਹੋਇਆ, ਮਾਫ਼ੀਨਾਮਾ ਗਿਆ ਹੋਇਆ ਜੀ, ਉਸ ਮਸਲੇ ਨੂੰ ਲੈ ਕੇ ਕਿਵੇਂ ਦੇਖਦੇ ਹੋ ਹੁਣ ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਕੋਲ? ਮੈਂ ਹੁਣ ਬਹੁਤ ਬਹੁਤ ਕੁਛ ਕਹਿ ਲਿਆ, ਬਹੁਤ ਕੁਛ
ਤਾਂ ਸੁਖਦੇਵ ਸਿੰਘ ਢੀਂਡਸਾ ਹੋਣੀ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਹੁਣ ਚਿੱਠੀ ਲਿਖੀ ਜਾਏਗੀ ਔਰ ਜਿਸ ਦੇ ਵਿੱਚ ਉਹਨਾਂ ਤੋਂ ਜਵਾਬ ਵੀ ਮੰਗਿਆ ਜਾਵੇਗਾ ਔਰ ਸਾਫ਼ ਕਰ ਦਿੱਤਾ ਹੈ ਕਿ ਜਿਹੜੇ ਆਗੂਆਂ ਨੂੰ ਉਹਨਾਂ ਨੇ ਕੱਢਣ ਦਾ ਫੈਸਲਾ ਲਿਆ ਉਹਨਾਂ ਨੂੰ ਕੱਢਿਆ ਨਹੀਂ ਜਾ ਸਕਦਾ, ਉਹ ਪਾਰਟੀ 'ਚ ਬਣੇ ਰਹਿਣਗੇ। ਫਿਲਹਾਲ ਅਕਾਲੀ ਦਲ ਦਾ ਅੰਦਰੂਨੀ ਸੰਕਟ ਹੋਰ ਗਹਿਰਾਉਂਦਾ ਜਾ ਰਿਹਾ।